ਵੱਡੀ ਸ਼ਰਮਨਾਕ ਗੱਲ ਜਿਹੜੀ ਇਹ ਹੈ ਉਹ ਪੰਜਾਬ ਸਰਕਾਰ ਵਾਸਤੇ ਹੈ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਘਰ 'ਚ ਮੌਤਾਂ ਹੋਈਆਂ 100 ਤੋਂ ਵੱਧ ਮੌਤਾਂ ਇਹ ਜ਼ਹਿਰੀਲੀ ਸ਼ਰਾਬ ਕਰਕੇ ਹੋ ਗਈਆਂ ਪਹਿਲਾਂ ਹੀ ਜਿਹੜਾ ਪੰਜਾਬ ਹੈ ਜਾਂ ਪੂਰੀ ਇੱਕ ਵਿਸ਼ਵ ਦੇ ਵਿੱਚ ਕੋਵਿਡ-19 ਨੂੰ ਲੈ ਕੇ ਦੇਖਦੇ ਹੋਏ ਜਿਹੜੀ ਕਿ ਇਹ ਮਹਾਮਾਰੀ ਫੈਲੀ ਹੋਈ ਸੀ ਉਹਦੇ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਸੀ ਉਸ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਨੇ ਮੌਤਾਂ ਕੀਤੀਆਂ ਮੈਂ ਕਹਿੰਦਾ ਸਾਡੇ ਪੰਜਾਬ ਦੀ ਬੜੀ ਬਦਕਿਸਮਤੀ ਹੈ ਕਿ ਜਿੱਥੇ ਕਿ ਇਹ ਪੰਜਾਬ ਸਰਕਾਰ ਦੇ ਸਾਰੇ ਨੁਮਾਇੰਦੇ ਸਾਰੇ ਵਿਧਾਇਕ ਸੁੱਤੇ ਪਏ ਨੇ ਉਹਨਾਂ ਔਰ ਉਹਨਾਂ ਦੀ ਨੱਕ ਦੇ ਹੇਠ ਥੱਲੇ ਇਹ ਜ਼ਹਿਰੀਲੀ ਸ਼ਰਾਬ ਘਰ ਘਰ ਦੇ ਵਿੱਚ ਜਿਹੜੀ ਵੇਚੀ ਜਾ ਰਹੀ ਹੈ ਔਰ ਉਸ ਦਾ ਪ੍ਰਮਾਣਿਤ ਕੀ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ 100 ਤੋਂ ਵੱਧ ਮੌਤਾਂ ਹੋ ਗਈਆਂ ਔਰ ਪੰਜਾਬ ਸਰਕਾਰ ਆਪਣੀ ਗਹਿਰੀ ਨੀਂਦ ਵਿੱਚ ਸੁੱਤੀ ਪਈ ਹੈ ਸਰਕਾਰਾਂ ਨੂੰ ਇਹੀ ਇੱਕ ਅਪੀਲ ਹੈ ਕਿ ਜਿਹੜਾ ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਰ ਨੂੰ ਵੱਡੀ ਕਸਮ ਖਾਈ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਾਂਗੇ ਉਹ ਚਿੱਟੇ ਦਾ ਤਾਂ ਕੀ ਦੂਰ ਹੋਣਾ ਸੀ ਲੇਕਿਨ ਸਾਹਮਣੇ ਸਾਡੇ ਬਦਭਾਗੀ ਕਿ ਇਹਨਾਂ ਨੇ ਜ਼ਹਿਰੀਲੀ ਸ਼ਰਾਬ ਨੂੰ ਵੀ ਘਰ ਘਰ ਤੱਕ ਵੇਚ ਦਿੱਤਾ ਔਰ ਜਿਹੜੀਆਂ ਮੌਤਾਂ ਹੋ ਗਈਆਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਮੈਂ ਤਾਂ ਇਹ ਕਹਾਂਗਾ ਕਿ ਇਹਨਾਂ ਨੇ ਇਹ ਕਿਹਾ ਸੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਮੈਂ ਤਾਂ ਕਹਿੰਦਾ ਪੰਜਾਬ ਨਸ਼ਾ ਮੁਕਤ ਹੋਣ ਦੀ ਬਜਾਏ ਪੰਜਾਬ ਜਿਹੜਾ ਹੈ ਉਹ ਨਸ਼ੇ ਵਿੱਚ ਹੀ ਡੁੱਬਦਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਦਿੱਤੀਆਂ ਗਈਆਂ ਹਦਾਇਤਾਂ ਨੂੰ ਦੇਖਦੇ ਹੋਏ ਕੋਵਿਡ-19 ਦੇ ਵਿੱਚ ਕਰਿਆਨੇ ਦੀ ਦੁਕਾਨ ਦਾ ਟਾਈਮ ਇੰਨਾ ਨਹੀਂ ਵਧਾਇਆ ਗਿਆ ਜਿੰਨਾ ਸ਼ਰਾਬ ਦੇ ਠੇਕਿਆਂ ਦੇ ਅਤੇ ਸ਼ਰਾਬ ਦੀ ਦੁਕਾਨਾਂ ਦਾ ਟਾਈਮ ਵਧਾਇਆ ਗਿਆ ਔਰ ਘਰ ਘਰ ਜਾ ਕੇ ਸਪਲਾਈ ਕੀਤੀ ਗਈ ਇਸ ਦੀ ਇਹ ਬੜੀ ਹੀ ਮੈਂ ਕਹਿੰਦਾ ਸ਼ਰਮਨਾਕ ਹੈ ਇੱਕੋ ਹੀ ਗੱਲ ਦੇ ਵਿੱਚ ਸਾਰੀ ਗੱਲ ਹੈ ਕਿ ਰੋਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਅਲੱਗ ਅਲੱਗ ਜਗ੍ਹਾ ਦੇ ਉੱਪਰ ਜਿੱਥੇ ਜਿੱਥੇ ਇਹਨਾਂ ਦੇ ਨੁਮਾਇੰਦੇ ਵਿਧਾਇਕ ਦੇ ਆਫਿਸ ਨੇ ਜਾਂ ਵਿਧਾਇਕਾਂ ਦੇ ਆਪਣੇ ਘਰ ਨੇ ਉਹਨਾਂ ਦੇ ਘਰਾਂ ਸਾਡੀ ਭਾਰਤੀ ਜਨਤਾ ਪਾਰਟੀ ਦਾ ਯੁਵਾ ਮੋਰਚਾ ਔਰ ਭਾਰਤੀ ਜਨਤਾ ਪਾਰਟੀ ਦੀ ਡਿਸਟ੍ਰਿਕਟ ਦੀ ਟੀਮ ਦੇ ਨਾਲ ਰਲ ਕੇ ਇਸ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਾਨੂੰ ਇਸ ਕੋਵਿਡ ਦੇ ਵਿੱਚ ਵੀ ਸਾਨੂੰ ਸੜਕਾਂ 'ਤੇ ਉਤਰਨਾ ਪਿਆ ਔਰ ਦੇਖਣਾ ਦਿਖਾਉਣਾ ਪਿਆ ਕਿ ਜਿਹੜੀ ਸਰਕਾਰ ਸੁੱਤੀ ਪਈ ਹੈ ਉਸ ਨੂੰ ਅਸੀਂ ਜਗਾਉਣ ਵਾਸਤੇ ਸਾਡੀ ਭਾਜਪਾ ਜਿਹੜੀ ਹੈ ਪੂਰੀ ਤਰ੍ਹਾਂ ਸਮਰੱਥ ਹੈ ਔਰ ਲੋਕਾਂ ਦੇ ਨਾਲ ਖੜੀ ਹੈ ਅਸੀਂ ਇਸ ਟਾਈਮ ਕੋਚਰ ਮਾਰਕੀਟ ਦੇ ਕਮਿਊਨਿਟੀ ਸੈਂਟਰ ਜਿੱਥੇ ਕਿ ਇਹ ਦਫ਼ਤਰ ਮੁੱਖ ਤੌਰ 'ਤੇ ਬਣਿਆ ਹੋਇਆ ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮੰਤਰੀ ਦਾ ਉਹਦੇ ਵਿੱਚ ਜਿਹੜੇ ਆਪਣੇ ਯੁਵਾ ਮੋਰਚਾ ਦੇ ਸਾਰੇ ਹੀ ਸਾਥੀ ਸੰਬੰਧੀ ਨੇ ਉਹ ਇੱਥੇ ਧਰਨੇ 'ਤੇ ਬੈਠੇ ਹਨ ਔਰ ਡਿਸਟ੍ਰਿਕਟ ਦੀ ਪੂਰੀ ਟੀਮ ਇਹਦੇ ਨਾਲ ਪ੍ਰੋਟੈਸਟ ਕਰਨ ਵਾਸਤੇ ਇੱਥੇ ਨਾਲ ਅਸੀਂ ਇੱਥੇ ਪਹੁੰਚੇ ਹਾਂ ਜੀ ਸਾਡਾ ਇਹ ਸੰਘਰਸ਼ ਜਾਰੀ ਹੈ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਕੈਪਟਨ ਸਰਕਾਰ ਆਪਣੀ ਗਹਿਰੀ ਨੀਂਦ 'ਚੋਂ ਸੋ ਕੇ ਉੱਠੇਗੀ ਔਰ ਜਿਹੜੇ ਇਹਨਾਂ ਦੇ ਦੋਸ਼ੀ ਨੇ ਉਹਨਾਂ ਨੂੰ ਪਕੜ ਕੇ ਕੜੀ ਤੋਂ ਕੜੀ ਸਜ਼ਾ ਦਿਲਾਏਗੀ ਸਾਰੇ ਦੇ ਸਾਰੇ ਜਿੰਨੇ ਬੀਜੇਪੀ ਦੇ ਵਰਕਰ ਹੈ ਸਾਡੇ ਸਾਰੇ ਲੁਧਿਆਣੇ ਦੇ ਨਿਵਾਸੀ ਨੇ ਸਾਡੇ ਆਪ ਦੇ ਭਾਈਚਾਰੇ 'ਚ ਨੇ ਜੋ ਇਹਨਾਂ ਦਾ ਕੰਸਰਨ ਹੈ ਬਈ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਅਸੀਂ ਬਿਲਕੁਲ ਉਹਦੇ ਹੱਕ 'ਚ ਹਾਂ ਸਰਕਾਰ ਸੰਜੀਦਾ ਉਹਦੇ 'ਤੇ ਬਕਾਇਦਾ ਤੌਰ 'ਤੇ ਕੰਮ ਕਰ ਰਹੇ ਬਾਕੀ ਜੋ ਇਹਨਾਂ ਨੇ ਪੋਲੀਟੀਕਲ ਕੋਰਸ ਕਰਨਾ ਆ ਉਹ ਜ਼ਰੂਰ ਕਰਨ ਉਹਦੇ 'ਤੇ ਕਿਸੇ ਨੂੰ ਰੋਕ ਟੋਕ ਨਹੀਂ ਹੈ ਪਰ ਜੋ ਕੰਸਰਨ ਹੈ ਉਹ ਸਰਕਾਰ ਦਾ ਕੰਸਰਨ ਹੈ ਅੱਜ CM ਸਾਹਿਬ ਬਕਾਇਦਾ ਤੌਰ 'ਤੇ ਦੌਰਾ ਕਰ ਰਹੇ ਆ ਉੱਥੇ ਤਰਨ ਤਾਰਨ 'ਤੇ ਜਿੱਥੇ ਇਹ ਟ੍ਰੈਜਡੀ ਹੋਈ ਹੈ ਅਤੇ ਇਹ ਟ੍ਰੈਜਡੀ ਬੜੀ ਮੰਦਭਾਗੀ ਹੈ ਇਹਦੇ 'ਤੇ ਨਾਲ ਰਲ ਕੇ ਸਾਰਿਆਂ ਨੂੰ ਇਹਦੇ 'ਤੇ ਕੋਈ ਨਾ ਕੋਈ ਆਪਾਂ ਨੂੰ ਜਿਸ ਤਰੀਕੇ ਸਮਾਜ ਦੇ ਵਿੱਚੋਂ ਇਹ ਕੁਰੀਤੀ ਹਟਾਉਣੀ ਹੈ ਇਹਦੇ 'ਚ ਕਦਮ ਉਠਾਉਣੇ ਪੈਣਗੇ ਐਵੇਂ ਪੋਲੀਟੀਕਲ ਡਰਾਮੇਬਾਜ਼ੀ ਨਾਲ ਕੁਛ ਨਹੀਂ ਹੋਏਗਾ ਇਹ ਇਸ਼ੂ ਹੀ ਇਹੋ ਜਿਹਾ ਇਹਦੇ 'ਚ ਜਿਹੜੀ ਵਿਰੋਧਤਾ ਆ ਉਹ ਬਕਾਇਦਾ ਕੰਸਰਨ ਆ ਹਰੇਕ ਦਾ ਕਿਉਂਕਿ 125 ਜਾਨਾਂ ਗਈਆਂ ਕੋਈ ਛੋਟੀ ਗੱਲ ਨਹੀਂ ਹੈ ਇਹਦੇ ਵਾਸਤੇ ਸਰਕਾਰ ਵੀ ਬੜੀ ਸੰਜੀਦਾ ਹੈ ਅਤੇ ਕੋਈ ਇੱਦਾਂ ਦੀ ਆ ਮੁਰਦਾਬਾਦ ਜਾਂ ਡਰਾਮੇਬਾਜ਼ੀ ਨਾਲ ਕੁਛ ਨਹੀਂ ਹੋਣਾ ਵੀ 20 ਬੰਦੇ ਬੈਠ ਜਾਓ ਇੱਥੇ ਬੈਠ ਕੇ ਇਹ ਅਸੀਂ ਤਾਂ ਇਹਨਾਂ ਨੂੰ ਇਹੀ ਕਹਾਂਗੇ ਵੀ ਆਓ ਨਾਲ ਰਲੋ ਸਰਕਾਰ ਅਤੇ ਅਪੋਜੀਸ਼ਨ ਇਕੱਠੀਆਂ ਹੀ ਹੁੰਦੀਆਂ ਇਹ ਜਿਹਨਾਂ ਨੂੰ ਘੇਰਨਾ ਚਾਹੀਦਾ ਸੀ ਉਹਨਾਂ ਨੂੰ ਘੇਰਨਾ ਸੀ ਉਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਜਿਹੜੀ ਲੋਕਾਂ ਨੂੰ ਇੱਥੋਂ ਕੱਢਿਆ ਕਾਂਗਰਸ ਵੀ ਉਹੀ ਕੰਮ ਕਰਦੀ ਪਈ ਹੈ ਜਦੋਂ ਸਖਤੀ ਜ਼ਿਆਦਾ ਵੱਧਦੀ ਹੈ ਉਦੋਂ ਮਾੜਾ ਮੋਟਾ ਰਿਜ਼ੈਂਟਮੈਂਟ ਹੁੰਦੀ ਹੈ ਉਹਦੇ ਕਰਕੇ ਹੀ ਅੱਜ ਡਰੱਗ ਦੂਰ ਹੋਏ ਹੈ ਕਿਤੇ ਕੋਈ ਅੱਜ ਚਿੱਟੇ ਦਾ ਜਾਂ ਹੈਰੋਇਨ ਦਾ ਜਾਂ ਕਿਤੇ ਨਹੀਂ ਹੈ ਇਹ ਬੜੀ ਮੰਦਭਾਗੀ ਹੈ ਜਿਹੜੀ ਆਹ ਜਿਹੜੀ ਲਿਕਰ ਹੈ ਉਹਦੇ ਕਰਕੇ ਆਹ ਜਿਹੜੀ ਟ੍ਰੈਜਡੀ ਹੋਈ ਹੈ ਉਹਦੇ 'ਤੇ ਪੰਜਾਬ ਪੁਲਿਸ ਬਕਾਇਦਾ ਕਾਰਵਾਈ ਕਰ ਮੀਡੀਆ ਵਾਲੇ ਤੁਸੀਂ ਬੜੇ ਖਰਾਬ ਤੁਹਾਡੀ ਤਾਂ ਜੀ ਇਲੈਕਸ਼ਨ 'ਚ ਤਾਂ ਸਪੀਚਾਂ ਤਾਂ ਯੂਟਿਊਬ ਹੈ ਵਧੀਆ ਘੈਂਟ ਚੱਲ ਰਹੀ ਹੈ ਸਰ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸਿਆਸਤ ਪਸੀ ਬਹੁਤ ਜ਼ਿਆਦਾ
बेहद माड़ी दुर्घटना हुई है पंजाब के अंदर, दुखदाई समय है। सानू बेहद अफसोस है उन परिवारों नाल जिन्हां दे परिवारों के लोगों की मौत हुई है। अज मुख्यमंत्री पंजाब ते साडे कांग्रेस पार्टी के प्रधान उत्थे जाके विजिट कर रहे, जायजा ले रहे हैं। मगरले कई दिनों तो पुलिस डिपार्टमेंट, एक्साइज डिपार्टमेंट उन्हां तमाम लोगों नू फड़न दे विच कामयाब होया है, जिन्हां लोगों तो यह काम शुरू होया सी। काफ़ी गिरफ्तारियां हुई हैं और मैनू लगता है कि फाइनल जिहड़ी रिपोर्ट है जल्द आने वाले समय च लोगों के सामने आएगी। डिसमिसल की गल की जा रही है, कल कैप्टन अमरिंदर सिंह ने भी कहा कि जे कुछ ने ऐसा जान बुझ के इदा का काम किया पूरे तो 302 का मुकदमा दर्ज हो जाना चाहिए। सो मैनू लगता कि सरकार चंगे कदम चक के कार्रवाई कर रही है। तुम लगता नहीं मोटा होने तो बाद शराब जहरीली बहुत सारी मात्रा फड़ी जा रही है, तुम लगता कि प्रशासन या कुछ जो पुलिस अधिकारी मिले हो सकते, क्योंकि उस इलाके शराब फड़ी जा रही जिससे थाने नेड़े है, इन्नी शराब वड्डी मात्रा फड़ी जा रही है? नहीं देखो जी, सच तो यह है कि एक शराब के जिहड़े समगलर ने, ना केवल शराब के समगलर, गोलियां दे होर वड्डे वड्डे माफियाज़ जिहड़े हुंदे ने, ये चलता रहिंदा काम सिलसिला, लेकिन जिथे नज़र पै जाती है सरकार उन्होंने दबोचन का काम करती है। शराब नकली फड़ी जानी वक्रा है, शराब कोई होर थां तों आई वह फड़ी जानी, किसी फलान डिस्टिलरी की आ गई, हरियाणे की दारू आ गई, वह मुद्दा एक वक्रा है। सो मैनू लगता कि ज़्यादा सख्ती होने दे नाल नैचुरली है, जो इस तरह दियाँ घटना वापरदियाँ कोई भी बंदा असी और ज़्यादा सख्त कदम चुके जाते हैं। मैनू पूर्ण उम्मीद है कि जिन्हां लोगों ने यह काम सिलसिला चलाया है, जे दारू का जा नकली फड़ी गई है, हुण साढ़े वेणू प्रसाद जी प्रिंसीपल सैकटरी बड़े ईमानदार ते चंगे एक्साइज दे प्रिंसीपल सैकटरी लगे ने। सो कोई भी बंदा पिछले 2-3 महीनों तो जो ये मुद्दा उठाया सीगा, कोई भी बंदा अज पंजाब दे अंदर काफ़ी वड्डी तादाद दे विच इस काम ते रोक लगी है, क्योंकि शराब थोड़ी महंगी होण करके सच है हरियाणा की शराब इत्थे समगल हुंदी है। सो जिहड़ा आह वाला काम होया है नकली वाला, नकली दुध भी बनता है, नकली पनीर भी बनता है, नकली दवाइयां भी बनदियां, ना फड़े क्यों नहीं जांदे जी? मोटा होने तो बाद क्यों फड़े जांदे ने? नहीं नहीं नहीं, एड्डी वड्डी रेट क्यों मोटा होंदा? ब्रदर थोनू पता होना है कि वह मस्सी सीगा एक जिहड़ा विक्रम सिंह मजीठिए दा जिहड़ा कौंसलर सीगा, वह कांग्रेस के राज दे विच उहदा जिहड़ा घर सीगा वह किसी उत्थे ड्रग्स बन रही सी कश्मीर फड़िया गया सीगा, फड़िया नहीं पता लग्या 2 साल, एडा वड्डा अमेरिका कनेडा दे विच माफिया चलता जां इधर उधर कई पता नहीं चलता, बंदा उदू भी स्मार्ट हुंदा है, लेकिन मैनू लगता खास करके कांग्रेस पार्टी दे राज, कांग्रेस का कोई भी नुमाइंदा इस तरह के काम करने वाले नू शह नहीं दिंदा उत्थे, क्योंकि साडे भी आपदे बच्चे है। सरकार ये चाहती है कि सख्त तो सख्त कार्रवाई उन्हें लोगों के खिलाफ होनी चाहिए जेडे यह जहाँ धंधा करते हैं, चाहे नकली कोई भी चीज़ बनाने। विरोधी दल लगातार विरोध कर रहे हैं जी, सीबीआई की मांग कर रहे हैं कि सीबीआई की मांग विरोधी तेर, क्योंकि साड़ियाँ आपदी एजेंसीज है, असी सीबीआई तो रिपोर्ट वापस मंगी सी, याद होना है थोनू जी कि बगराड़ी कांड वाली, वो फिर वापस लग गई। सीबीआई मतलब अमित शाह, ईडी मतलब अमित शाह, कोई भी काम सीबीआई ते याद है थोनू अजीत सिंह महाराष्ट्र के जिहड़े हुण डिप्टी मुख्यमंत्री बने उन्होंने अलायंस कर लिया, पहला उन्होंने घपले के दोष लाते सीबीआई ने फड़ लिया गया, हैडक्वाटर गए ईडी दे, उन्होंने समझौता करके सपोर्ट उन्होंने देती, उन्होंने भी चाल चली, सरकार महाराष्ट्र च भाजपा की बन गई, उन्होंने फिर गराती आपका समर्थन वापस ले लिया, नाले क्लीन चिट ले ली, 15 दिन च क्लीन चिट देती सीबीआई ने। सीबीआई मतलब अमित शाह, ईडी मतलब अमित शाह, उत्थे रिपोर्ट जांच देने का मतलब समझ लो कि उतो सही रिपोर्ट नहीं आनी, जो अमित शाह चाहेगा, जो भाजपा चाहेगी, जो अकाली दल चाहेगा वो रिपोर्ट बन के आएगी, असी आपकी जांच इतने लेके आना चाहते हैं, वह भी सीबीआई उत्थे देना चाहते, उसका मतलब की है, उसका कारण यह है कि सीबीआई तो सुखबीर सिंह बादल ते भाजपा जो मर्जी करवा के इतने भेज सकते। बयान आया कि सोनिया मैं बेहद माड़ा बयान दिता है, जे इस तरह की उन्होंने गल की है, पर मैं इस बयान के बारे कोई जानकारी नहीं, पर गल उ विरोधी दल विरोध कर रहे कांग्रेस अपने, हर बंद का आपका आपका निजी विचार है, कई बार असी सरकार के खिलाफ गल करते हैं, मैं आप खिलाफ गल करते हैं जिथे सच हों गल करते हैं, लेकिन कोई चीज़ नकली आ जानी, कोई भी बंदा जिहड़ा मेरे नाल फिरदा है, कल नू मेरे बेटे दे मन दे विच की है, जां मेरे
नाल समर्थन जिहड़ा मेरा साथी फिरदा उहदे मन च की है उहदे बारे पता नहीं ना। मैनू नहीं लगता कि मुख्यमंत्री जां साडा कोई IAS ऑफिसर जां कोई MLA साडा कहिंदा होणा वी नकली दारू बनाओ ते बेचो। इस तरह का कोई बंदा नहीं होएगा, कोई बंदा नहीं होएगा कि इस तरह करे भी नकली दारू वेखो ते फिर बंदे मर जाण। मैं किसी नूं कोई सलाह नहीं देना चाहुंदा, मैं तो यही कहना चाहुंदा है कि सरकार अज कैप्टन अमरिंदर सिंह उत्थे गए, मैनूं लगदा कि एक तां उहनां लोकां दीआं सानूं उहनां नाल हमदर्दी प्रगट करनी चाहीदी है, सानूं उहनां नूं कोई मुआवजा देना चाहीदा है, उहनां लोकां दे उहनां परिवारां नूं जांच होनी चाहीदी है, और जिन्हां लोकां ने इह काम कीता है उहनां ते 302 दा मुकदमा दर्ज करके उहनां नूं पक्के तौर पर अंदर भेजना चाहीदा है। जिहड़े पुलिस ऑफिशियल रले हुए है ये DGP साहब ने चेक करना है, जां एक्साइज डिपार्टमेंट के लोग रले हुए उन्होंने डिसमिस करके उन्होंने बराबर का मुकदमा दर्ज करके उन्होंने जेल च भेज। पुलिस प्रशासन के लोग है क्योंकि इलाके में दारू बड़ी मात्रा में, मैं इस गल नाल थोड़ी फड़ी गई है, मैं थोड़े नाल इस गल नाल किते सारे नहीं पुलिस ऑफिसर होंगे लेकिन निचले लैवल का तबका जिहड़ा कोई SHO जां कोई थले चौंकी इंचार्ज जानकारी होंदी है इन्हों कई बार होंदी है कि इत्थे गलत काम हो रहा है तो मिली भुगत तो हो सकती है। DGP साहब दसनगे लेकिन मैनू पूर्ण विश्वास है DGP बड़े ईमानदार व्यक्ति ने बड़े चंगे इंसान ने कि उन्होंने पुख्ता कदम करके उन्होंने सस्पेंड नहीं करना चाहिए। मैं कह रहा कि उन्होंने सस्पेंड नहीं करना चाहिए, डिसमिस करके परचा देकर अंदर दे देना चाहिए। मैनू लगता नहीं है कोई ऐसी गल है, नवजोत सिंह सिद्धू साढ़े वरिष्ठ नेता है, पार्टी को बेहद उन्होंने लड़ है, कांग्रेस पार्टी को प्यार करते हैं, भाजपा को अलविदा कह के आए ने, राहुल गांधी को उन्होंने आपका लीडर दसिया है, उन्होंने याद होना है कि पाकिस्तान दे विच उस तो बाद एक वीडियो भी आई सी कि जब तक जान रहेगी तब तक गांधी परिवार का साथ नहीं छड़ा। पर उन्होंने कैप्टन सरकार ना नाराजगी पंजाब सरकार कोई गल नहीं, कैप्टन सरकार असी सब लोग कांग्रेस पार्टी के एक परिवार हैं, नाराजगी मेरी हो सकती है किसी ना नाराजगी नाल इहदा मतलब यह नहीं कि पार्टी छड़ दी जाए। सिद्धू साहब ऑलरेडी कांग्रेस से वापसी की करनी है, मेरी बहुत बारी गल होंदी है सिद्धू साहब नाल, कोई एक बारी नहीं बहुत बारी होंदी है, पर मेनू लगता है ऐसी कोई गल नहीं। सब्सक्राइब टू आवर YouTube चैनल न्यूज़ DNN बाय क्लिकिंग द बेल आइकॉन, डोंट फॉरगेट टू लाइक कमेंट एंड शेयर।